अभी भी हाथ से थोड़े गंदे होंगे ना, कोई का नहीं होना है, हटा कुछ नहीं गंदा होना है इनको सारे नालदी में अंदर ना दम नालदी में रहने रिंकू सर ਉਹਨਾਂ ਦੇ ਪਹਿਲਾਂ ਆ ਦੇਖੋ ਜੀ ਚਾਈਨਾ ਡੋਰ ਦਾ ਕਮਾਲ ਹੈ ਜੀ ਆ ਚਾਈਨਾ ਡੋਰ ਦੇ ਨਾਲ ਬਹੁਤ ਬੁਰਾ ਹਾਲ ਹੈ ਤੇ ਪ੍ਰਸ਼ਾਸਨ ਦੇ ਕੀ ਮਤਲਬ ਕਮੀ ਹੈ ਕੋ ਪ੍ਰਸ਼ਾਸਨ ਦੇ ਅੰਦਰ ਜਾਂ ਪ੍ਰਸ਼ਾਸਨ ਧਿਆਨ ਦੇ ਕੇ ਰਾਜੀ ਨਹੀਂ ਹੈਗਾ ਆ ਦੇਖੋ ਇਹਨੇ ਜੈਕਟ ਪਾਈ ਸੀ ਜੈਕਟ ਕਰਕੇ ਜਿਹੜਾ ਇਹਦਾ ਬਚਾਅ ਹੋ ਗਿਆ ਹੈ ਨਹੀਂ ਤੇ ਵਿਚਾਰੇ ਦੀ ਇਹਦੀ ਬਾਹ ਵੀ ਵੱਡੀ ਜਾ ਸਕਦੀ ਸੀ ਕੱਲ ਪਰਸੋਂ ਇੱਕ ਬੱਚੇ ਦੀ ਜਿਹਦਾ ਗਲਾ ਕੱਟਿਆ ਗਿਆ ਅੰਮ੍ਰਿਤਸਰ ਦੇ ਵਿੱਚ ਉਹ ਚਾਈਨਾ ਡੋਰ ਜਿਹੜੀ ਬੰਦ ਹੋਣਾ ਚਾਹੀਦੀ ਹੈ ਮੈਨੂੰ ਪ੍ਰਸ਼ਾਸਨ ਵੱਲੋਂ ਮੈਂ ਤਾਂ ਰਿਕੁਐਸਟ ਕਰਦੇ ਹਾਂ ਆਪਾਂ ਵਾਰ ਵਾਰ ਸਾਰੇ ਰਿਕੁਐਸਟ ਕਰਦੇ ਹਾਂ ਸਾਰੇ ਰਿਕੁਐਸਟ ਕਰੋ ਜੀ ਇੱਕ ਵਾਰੀ ਕਿ ਚਾਈਨਾ ਡੋਰ ਨਹੀਂ ਹੋਣਾ ਚਾਹੀਦੀ ਹੈ ਚਾਈਨਾ ਡੋਰ ਬੰਦ ਹੋਣਾ ਚਾਹੀਦੀ ਹੈ ਠੀਕ ਹੈ ਜੀ ਇਹ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਜੀ ਚਾਈਨਾ ਡੋਰ ਬੰਦ ਕਰ ਨਹੀਂ ਤਾਂ ਬੱਚਿਆਂ ਦਾ ਕਈਆਂ ਦੇ ਗਲੇ ਕੱਟੇ ਜਾਂਦੇ ਆ ਕਈਆਂ ਦੇ ਹੱਥ ਕੱਟਿਆ ਗਿਆ ਜੀ ਇਹਦਾ ਬਿਲਕੁਲ ਹੀ ਹੱਥ ਵੱਢਣਾ ਪੈਣਾ ਜੀ ਇਹਦਾ ਇਸ ਇਸ ਗਰੀਬ ਵਿਚਾਰੇ ਦਾ ਕੀ ਕਸੂਰ ਹੈਗਾ ਜਿਹੜਾ ਕਿ ਇਹਨੇ ਇਹੋ ਜਿਹੇ ਕੰਮ ਕੀਤਾ ਠੀਕ ਹੈ ਕਿ ਇਹ ਕੋਈ ਕਾਤਿਲ ਹੈਗਾ ਕਿ ਇਹੋ ਜਿਹੀ ਚਾਈਨਾ ਡੋਰ ਇਹਨੂੰ ਮਾਰ ਦਿੱਤੀ ਹੈ ਔਰ ਚਾਈਨਾ ਡੋਰ ਬੰਦ ਹੋਣਾ ਚਾਹੀਦੀ ਮੇਰੇ ਹਿਸਾਬ ਨਾਲ ਤੇ ਜਿਹੜੀ ਵੀ ਡੋਰ ਹੈਗੀ ਇਹ ਸਾਰੀ ਬੰਦ ਹੋ ਜਾਣਾ ਚਾਹੀਦੀ ਹੈ ਚਾਈਨਾ ਡੋਰ ਹੈ ਆ ਚਾਈਨਾ ਡੋਰ ਦਾ ਕਮਾਲ ਹੈ ਦੇਖੋ ਔਰ ਇੰਨੀ ਇਹ ਸਖਤ ਹੈਗੀ ਹੈ ਜਿਹਦੇ ਨੇ ਮੇਰੇ ਹੱਥ ਤੇ ਵੀ ਆ ਦੇਖੋ ਮੇਰੇ ਹੱਥ ਤੇ ਵੀ ਨਿਸ਼ਾਨ ਪੈ ਗਿਆ ਤਾਂ गरीब बेचारा अपना जिहड़ा इत्थे काम कराएगा ये गरीब बेचारा कित्थों अपनी दिहाड़ी पाएगा देखो जी कसूर है बेचारे गरीब का पाओ जी पर पा भी फेसबुक पे पा दे लाइव इधर थाने में रिपोर्ट चाहिए थी साहब पतंगा बंद हो गई हां कर दा कर दे कर दे कर दे थोड़ी कार्रवाई करेगी एक बच्चा छोटा को छत डिग आया चल यार।